ਜਲੰਧਰ ਚ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਮੁੜ ਮੀਟਿੰਗ। ਅਕਾਲੀ ਦਲ ਦੇ ਵੱਲੋਂ ਜਲੰਧਰ ਦੀ ਚੋਣ ਦੇ ਵਿੱਚੋਂ ਪਿੱਛੇ ਹਟਣ ਤੇ ਚੁੱਕੇ ਸਵਾਲ। ਡੇਰਾ ਮੁਖੀ ਦੀ ਮਾਫੀ ਨੂੰ ਲੈ ਕੇ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਦੱਸਿਆ ਜ਼ਿੰਮੇਵਾਰ। SGPC ਦੇ ਵੱਲੋਂ ਅੰਮ੍ਰਿਤਪਾਲ ਦੀ ਰਿਹਾਈ ਦੀ ਮੰਗ। ਪ੍ਰਧਾਨ ਧਾਂਬੀ ਬੋਲੇ, ਅੰਮ੍ਰਿਤਪਾਲ ਨੂੰ ਖਡੂਰ ਸਾਹਿਬ ਦੀ ਜਨਤਾ ਨੇ ਚੁਣਿਆ, ਤੁਰੰਤ ਰਿਹਾ ਕਰੇ ਕੇਂਦਰ ਸਰਕਾਰ। ਜਲੰਧਰ ਚ ਮੁੱਖ ਮੰਤਰੀ ਮਾਨ ਨੇ ਪਾਰਟੀ ਉਮੀਦਵਾਰ ਮਹਿੰਦਰ ਭਗਤ ਦੇ ਲਈ ਕੀਤਾ ਪ੍ਰਚਾਰ। ਜਲੰਧਰ ਪੱਛਮੀ ਦੇ ਲੋਕਾਂ ਨੂੰ ਬੋਲੇ CM, ਤੁਸੀਂ ਮਹਿੰਦਰ ਭਗਤ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ, ਅੱਗੇ ਦੀਆਂ ਮੈਂ ਚੜਾਵਾਂਗਾ। ਭਾਜਪਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਗੈਂਗਸਟਰ ਦਲਜੀਤ ਭਾਨਾ ਦੀ ਪੈਰੋਲ ਦਾ ਕੀਤਾ ਵਿਰੋਧ। ਕਿਹਾ ਜ਼ਿਮਨੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਦਿੱਤੀ ਗਈ ਪੈਰੋਲ, ਬੂਥ ਕੈਪਚਰਿੰਗ ਕਰਨ ਦੇ ਵਿੱਚ ਹੋ ਸਕਦੀ ਹੈ ਭਾਨਾ ਦੀ ਵਰਤੋਂ। ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਦਾ 3 ਦਿਨ ਦਾ ਪੁਲਿਸ ਰਿਮਾਂਡ। ਪਰਸੋਂ ਪੁਲਿਸ ਨੇ ਹਮਲਾ ਕਰਨ ਵਾਲੇ 2 ਨਿਹੰਗਾਂ ਨੂੰ ਕੀਤਾ ਸੀ ਗ੍ਰਿਫਤਾਰ। ਸੰਦੀਪ ਥਾਪਰ ਦੇ ਗਨਮੈਨ ਨੂੰ ਵੀ ਕੀਤਾ ਸਸਪੈਂਡ। 3 ਜੁਲਾਈ ਨੂੰ ਮੋਦੀ ਸਰਕਾਰ ਦੀ ਤੀਜੀ ਪਾਰੀ ਦਾ ਪਹਿਲਾ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਰਨਗੇ ਪੇਸ਼। 22 ਜੁਲਾਈ ਤੋਂ 12 ਅਗਸਤ ਤੱਕ ਚੱਲੇਗਾ ਬਜਟ ਸੈਸ਼ਨ। ਮੋਹਾਲੀ ਏਅਰਪੋਰਟ ਤੇ ਭਾਰਤੀ ਕ੍ਰਿਕਟਰ ਹਰਸ਼ਦੀਪ ਸਿੰਘ ਦਾ ਸ਼ਾਨਦਾਰ ਸਵਾਗਤ। ਫੁੱਲਾਂ ਦੇ ਹਾਰ ਤੇ ਢੋਲ ਦੀ ਥਾਪ ਦੇ ਨਾਲ ਕੀਤਾ ਵੈਲਕਮ। ਓਪਨ ਜੀਪ ਦੇ ਵਿੱਚ ਹਰਸ਼ਦੀਪ ਦਾ ਵਿਕਟਰੀ ਮਾਰਚ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ, ਉਮੀਦ ਹੈ ਤੁਸੀਂ ਸਾਰੇ ਖੈਰੀਅਤ ਦੇ ਨਾਲ ਹੋਵੋਗੇ। ਤਾਂ ਸ਼ੁਰੂਆਤ ਕਰਾਂਗੇ ਬੁਲੇਟਿਨ ਦੀ ਜੰਮੂ ਕਸ਼ਮੀਰ ਤੋਂ। ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ 2 ਥਾਈਂ ਐਨਕਾਊਂਟਰ ਦੀ ਖਬਰ ਹੈ। ਤਾਂ ਐਨਕਾਊਂਟਰ ਦੇ ਵਿੱਚ 4 ਦਹਿਸ਼ਤਗਰਦ ਢੇਰ ਕਰ ਦਿੱਤੇ ਗਏ ਨੇ। ਕਮਾਂਡਰ ਫਾਰੂਕ ਅਹਿਮਦ ਭੱਟ ਉਫ ਉਮਰ ਚੇਨੀਗਾਮ ਢੇਰ ਕੀਤਾ ਗਿਆ ਹੈ। ਤਾਂ 2015 ਤੋਂ ਅੱਤਵਾਦੀ ਕਮਾਂਡਰ ਫਾਰੂਕ ਜਿਹੜਾ ਹੈ ਉਹ ਸਰਗਰਮ। ਤਾਂ ਮੁੱਠਭੇੜ ਦੇ ਵਿੱਚ ਦੱਸਦੀ ਕਿ ਸੁਰੱਖਿਆ ਬਲਾਂ ਦੇ 2 ਜਵਾਨਾਂ ਦੇ ਸ਼ਹੀਦ ਹੋਣ ਦੀ ਵੀ ਮੰਦਭਾਗੀ ਖਬਰ ਹੈ। ਤਾਂ 2 ਜਵਾਨ ਸ਼ਹੀਦ ਵੀ ਹੋਏ ਨੇ ਔਰ 4 ਦਹਿਸ਼ਤਗਰਦ ਢੇਰ ਕੀਤੇ ਗਏ ਨੇ। ਤਾਂ ਦੱਸਦੇ ਕਿ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਕਾਫੀ ਜ਼ਿਆਦਾ ਪਿਛਲੇ ਸਮੇਂ ਤੋਂ ਚਿੰਤਾਜਨਕ ਬਣੇ ਹੋਏ ਨੇ, ਸੰਵੇਦਨਸ਼ੀਲ ਬਣੇ ਹੋਏ ਨੇ। ਜਿਸ ਤਰੀਕੇ ਦੇ ਨਾਲ ਯਾਤਰੂਆਂ ਦੀ ਬੱਸ 'ਤੇ ਹਮਲਾ ਹੁੰਦਾ ਹੈ, ਅੱਤਵਾਦੀ ਹਮਲਾ ਹੁੰਦਾ ਹੈ, 9 ਜਾਨਾਂ ਉਸਦੇ ਵਿੱਚ ਚਲੀਆਂ ਜਾਂਦੀਆਂ ਨੇ, ਉਹ ਬੇਦੋਸ਼ੇ ਲੋਕ, ਉਹ ਮਾਸੂਮ ਲੋਕ ਜਿਹੜੇ ਕਿ ਸ਼ਰਧਾਲੂ ਸਨ, ਮੱਥਾ ਟੇਕਣ ਗਏ ਸੀ, ਤਾਂ ਉੱਥੇ ਉਹਨਾਂ ਨੂੰ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਔਰ ਕਿਸ ਕਿਸਮ ਦੇ ਨਾਲ ਉਹ ਹਮਲਾ ਹੋਇਆ, ਸਭ ਨੂੰ ਇੱਕ ਵਾਰ ਝੰਡੋੜ ਕੇ ਰੱਖ ਦਿੱਤਾ ਸੀ। ਉਸ ਤੋਂ ਬਾਅਦ 3 ਦਿਨਾਂ ਦੇ ਅੰਦਰ 3 ਅੱਤਵਾਦੀ ਹਮਲੇ ਹੁੰਦੇ ਨੇ। ਫੌਜੀਆਂ ਦੇ ਬੇਸ ਕੈਂਪ 'ਤੇ ਹਮਲਾ ਹੁੰਦਾ ਹੈ, ਉਸਦੇ ਵਿੱਚ ਵੀ ਜਵਾਨ ਦੀ ਜਿਹੜੀ ਸ਼ਹਾਦਤ ਹੈ ਉਹ ਖਬਰ ਸਾਹਮਣੇ ਆਈ ਸੀ। ਇਸ ਤੋਂ ਇਲਾਵਾ ਕਾਫੀ ਨੁਕਸਾਨ ਹੋਇਆ ਸੀ, ਹਾਲਾਂਕਿ ਉਸ ਸਮੇਂ ਜਿਹੜੇ ਸੁਰੱਖਿਆ ਬਲ ਨੇ ਦਸਤੇ ਨੇ ਉਹਨਾਂ ਨੇ ਵੀ ਜਿਹੜੇ ਅੱਤਵਾਦੀ ਨੇ ਉਹਨਾਂ ਨੂੰ ਭੇਟ ਕੀਤਾ ਸੀ। ਕਈ ਜੰਗਲ ਦੇ ਵਿੱਚ ਲੁਕ ਗਏ ਸਨ, ਜੰਗਲ ਦੇ ਵਿੱਚ ਅਮੂਮਨ ਤੌਰ 'ਤੇ ਇਹ ਸਹਾਰਾ ਲੈਂਦੇ ਨੇ ਅੱਤਵਾਦੀ ਔਰ ਉੱਥੇ ਲੁਕ ਜਾਂਦੇ ਨੇ, ਤਾਂ ਫਿਰ ਡਰੋਨ ਦੀ ਮਦਦ ਦੇ ਨਾਲ ਇਹਨਾਂ ਨੂੰ ਲੱਭਣਾ ਪੈਂਦਾ ਹੈ ਔਰ ਕਈ ਦਿਨ ਸਰਚ ਆਪਰੇਸ਼ਨ ਚੱਲਦਾ। ਪਰ ਹੁਣ ਜੋ ਖਬਰ ਆ ਰਹੀ ਹੈ, ਕਿਉਂਕਿ ਕੱਲ੍ਹ ਸ਼ਾਮ ਵੀ ਇਹ ਖਬਰ ਆ ਰਹੀ ਸੀ ਜਿਸ ਤਰੀਕੇ ਦੇ ਨਾਲ ਉੱਥੇ ਹਾਲਾਤ ਬਣੇ ਹੋਏ ਸਨ, ਤਾਂ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ 2 ਥਾਂ 'ਤੇ ਐਨਕਾਊਂਟਰ ਦੀ ਖਬਰ ਹੈ। ਐਨਕਾਊਂਟਰ 'ਚ 4 ਦਹਿਸ਼ਤਗਰਦ ਦੱਸੇ ਜਾ ਰਹੇ ਨੇ ਜੋ ਢੇਰ ਹੋਏ ਨੇ। ਕਮਾਂਡਰ ਫਾਰੂਕ ਅਹਿਮਦ ਭੱਟ ਦੱਸਿਆ ਜਾ ਰਿਹਾ, ਜਿਸ ਨੂੰ ਉਮਰ ਚੇਨੀਗਾਮ ਵੀ ਕਹਿ ਦਿੰਦੇ, ਤਾਂ ਉਸ ਨੂੰ ਢੇਰ ਕਰ ਦਿੱਤਾ ਗਿਆ ਹੈ। 215 ਤੋਂ ਸਰਗਰਮ ਸੀ ਅੱਤਵਾਦੀ ਕਮਾਂਡਰ ਫਾਰੂਕ। ਤਾਂ ਜ਼ਹੂਰ ਰਿਜ਼ਵੀ ਮੇਰੇ ਸਹਿਯੋਗੀ ਫੋਨ ਲਾਈਨ 'ਤੇ ਮੌਜੂਦ ਨੇ। ਜ਼ਹੂਰ, ਕਿਆ ਕੁਛ ਪੂਰੀ ਜਾਣਕਾਰੀ ਐਨਕਾਊਂਟਰ ਕੋ ਲੇਕਰ? 2 ਜਗ੍ਹਾ ਐਨਕਾਊਂਟਰ ਹੋਏ। बिल्कुल, मैं आपको बताऊं कि अगर हम इस एनकाउंटर की बात करें तो ये जो दोनों एनकाउंटर्स हुए थे ये जिला कुलगाम में हुए कल दोपहर में। और पहला एनकाउंटर यहाँ मोडरगाम में शुरू हुआ, मोडरगाम इलाका कुलगाम में ही है और यहाँ पे इनपुट थे सिक्योरिटी फोर्सेज के, यहाँ पे मिलिटेंट छुपे हुए हैं। उसके बाद
जहां पे एनकाउंटर शुरू हुआ। हालांकि जो इनिशियल फायरिंग हुई उसमें फौज का एक जवान जख्मी हो गया था, जो बाद में जख्मों की ताब ना लाकर जो है वो शहीद हो गया। और इसके साथ अगर हम बात करें उसके फौरन बाद एक दो घंटे में ही एक और एनकाउंटर जो है यहाँ चिनी गांव यारीपुरा करके एक इलाका है, वहां पे भी एक एनकाउंटर शुरू हुआ और इस एनकाउंटर में भी जो है काफी गोलीबारी हुई। और ऐसे में जो जराये से अभी तक हमारे इनपुट्स मिले हैं वो इसमें इसके मुताबिक चार जो दहशतगर्द हैं उनको टेर कर दिया गया है। और उसके साथ साथ जो है अगर हम बात करें इन दोनों एनकाउंटर्स की, सिक्योरिटी फोर्सेज ने काफी संयम बरता और ओवरऑल इन ऑपरेशंस को जो है अच्छे तरीके से जो है अंजाम दिया। और स्पेशली जो रेजिडेंशियल एरियाज हैं ताकि किसी सिविलियन को कोई नुकसान ना पहुंचे तो वो कोशिश की सिक्योरिटी फोर्सेज ने। और कुल मिलाकर ये जो मोडरगाम और चिनीगाम एनकाउंटर्स हैं जो हैं इनमें अभी तक जो हमारे पास रिपोर्ट्स आई हैं जराये के मुताबिक उसमें चार मिलिटेंट्स जो हैं वो मारे गए हैं, हालांकि फौज के दो जवान भी जो हैं वो शहीद हो गए हैं। साथ में हम आपको बताया कि काफी खासी रिकवरीज वगैरह भी हो गई है और हिजबुल मुजाहिदीन से वाबस्ता मिलिटेंट्स को जो है वो ढेर कर दिया गया है, मार गिराया गया है। और ऐसे में ओवरऑल अगर हम सिचुएशन देखें तो सिचुएशन दोनों इलाकों में जो है वो अभी ठीक है, लेकिन कुल मिलाकर अभी सर्च ऑपरेशंस भी जारी हैं दोनों इलाकों में। ये टेररिस्ट जहूर ढेर किए गए हैं, ये कौन से टेररिस्ट हैं? क्या ये उनका जो पिछले दिनों में हमला हुआ इनका उनके उस हमले में हाथ था? देखिए मैं आपको बताऊं कि जैसा कि आईजीपी कश्मीर जो हैं उन्होंने बताया कल मीडिया से बात करते हुए कि काफ़ी एक्टिविटीज में इन्वॉल्व थे, एफआईआर लॉन्च हो गए थे इनके खिलाफ और सरगर्म मिलिटेंट्स थे ये और कई हमलों में भी मुलव्वस बताए जा रहे हैं। और स्पेशली जो हिजब का कैडर है उसको बहुत बड़ा धचका पहुँचा है इन चार जो मिलिटेंट्स हैं इनके भलाक होने से और स्पेशली इनके खिलाफ काफ़ी एफ आई आर भी लगे हुए, काफ़ी जो एक्टिव मिलिटेंट्स थे इनमें वो कहीं ना उनकी इन्वॉल्वमेंट थी कई एफ आई आर में, कई हमलों में। और यही वजह है कि अभी पुलिस इन्वेस्टिगेशन कर रही है, अभी खुल के जो चीज़ें हैं वो सामने आ रही हैं और जल्द से जल्द जो है पुलिस हमारे साथ शेयर डिटेल्स जो है वो शेयर करेगी। फिलहाल यही है कि ये दोनों एनकाउंटर्स में जो हैं चार जो है मिलिटेंट्स मारे गए हैं और उसके साथ साथ जो है फौज के दो जवान भी हैं जो है वो शहीद हो गए हैं। कुल मिलाकर अभी जो है सिचुएशन पुरामन है वहाँ पे दोनों जगहों पे, अभी सर्च ऑपरेशन जारी है क्योंकि कल देर गए तक ये एनकाउंटर दोनों जगहों पे जारी थे। और कुल मिलाकर अभी पुलिस जो है जल्द ही एक स्टेटमेंट के साथ आएगी जिसमें ऑफिशियल स्टेटमेंट में सारी चीजें जो है वो रिवील हो जाएंगी। जी जहूर, ये भी एक जानना चाहेंगे ये जो दो जवानों के शहादत की खबर है ये कहां से संबंधित है? बेसिकली फौज के लोकल यूनिट से ये ताल्लुक रखते हैं और अभी इनकी आइडेंटिफिकेशन जो है एज पर नॉर्मल जैसा कि होता है तो ये बाहर से ही ताल्लुक गैर रियासती हैं, तो अभी जो डिटेल्स हैं वो भी शेयर करेगी, ऑफिशियली शेयर करेगी फौज। लेकिन फिलहाल जो है क्योंकि ये लोकल यूनिट से ताल्लुक रखते थे और कल जो यहाँ पे जो ऑपरेशन चला उसमें कुलगाम पुलिस थी, 9RR थी और CRPF थी, तो अंदाजा लगा सकते हैं कि लोकल यूनिट्स का जो है एक बहुत अच्छा रोल रहता है एंटी मिलिटेंट ऑपरेशंस में। और कुल मिलाकर अभी भी जो डिटेल्स वगैरह हैं जो रेसलिंग सेरेमनी वगैरह है तो वो अंजाम दी जाएगी और इनको बाजाब्ता तौर पे जो है अपने इलाकों की तरफ रवाना किया जाएगा। ठीक है, बहुत बहुत शुक्रिया जहूर, तमाम जानकारी के लिए धन्यवाद जहूर।
ਮੇਰੇ ਸਹਿਯੋਗੀ ਜੰਮੂ ਕਸ਼ਮੀਰ ਤੋਂ ਸਾਡੇ ਨਾਲ ਜੁੜੇ ਫੋਨ ਲਾਈਨ 'ਤੇ ਔਰ ਉਹਨਾਂ ਨੇ ਪੂਰਾ ਡਿਟੇਲ ਜਿਹੜਾ ਹੈ ਦਿੱਤਾ ਹੈ। ਨਾਲ ਇਹ ਵੀ ਦੱਸਿਆ ਹੈ ਕਿ ਅਜੇ ਫਿਲਹਾਲ ਅੰਡਰ ਕੰਟਰੋਲ ਹੈ ਸਥਿਤੀ, ਅਮਨ ਅਮਾਨ ਦੀ ਸਥਿਤੀ ਹੈ ਫਿਲਹਾਲ, ਪਰ ਮੰਦਭਾਗੀ ਖਬਰ ਇਹ ਹੈ ਕਿ ਦੋ ਜਵਾਨਾਂ ਦੇ ਸ਼ਹਾਦਤ ਹੋਈ ਹੈ ਔਰ ਐਨਕਾਊਂਟਰ ਦੇ ਵਿੱਚ 4 ਦਹਿਸ਼ਤਗਰਦ ਢੇਰ ਕਰ ਦਿੱਤੇ ਗਏ। ਅੱਗੇ ਵਧਦੇ ਹਾਂ ਤਾਂ ਉੱਤਰਾਖੰਡ ਦੇ ਵਿੱਚ 4 ਧਾਮ ਦੀ ਯਾਤਰਾ ਰੋਕ ਦਿੱਤੀ ਗਈ ਹੈ ਭਾਰੀ ਮੀਂਹ ਦੇ ਅਨੁਮਾਨ ਦੇ ਕਰਕੇ। ਇੱਕ ਦਿਨ ਦੇ ਲਈ ਦੱਸ ਦਈਏ ਕਿ ਯਾਤਰਾ ਰੁਕੀ ਹੈ। ਉੱਤਰਾਖੰਡ ਦੇ 9 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਔਰ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਭਾਰੀ ਮੀਂਹ ਕਰਕੇ ਲੈਂਡ ਸਲਾਈਡਿੰਗ ਦਾ ਵੀ ਖਤਰਾ ਬਣਿਆ ਹੋਇਆ ਹੈ। ਨਦੀਆਂ ਨਾਲਿਆਂ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ। ਪ੍ਰਸ਼ਾਸਨ ਦੀ ਸ਼ਰਧਾਲੂਆਂ ਨੂੰ ਅਪੀਲ ਹੈ ਕਿ ਜਿੱਥੇ ਹੋ ਉੱਥੇ ਹੀ ਰਹੋ। ਤਾਂ 4 ਧਾਮ ਦੀ ਯਾਤਰਾ ਹੈ, ਦੱਸ ਦਈਏ ਕਿ ਰੋਕ ਦਿੱਤੀ ਗਈ ਹੈ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਬਦਰੀਨਾਥ ਤਸਵੀਰਾਂ ਜਿਹੜੀਆਂ ਨੇ ਉਹ ਵੀ ਸਾਹਮਣੇ ਆ ਰਹੀਆਂ ਨੇ ਔਰ ਕੁੱਲ ਮਿਲਾ ਕੇ ਕਾਫੀ ਜ਼ਿਆਦਾ ਪਾਣੀ ਦਾ ਉਫਾਨ ਹੈ ਔਰ ਉਸ ਉਫਾਨ ਦੇ ਵਿੱਚ ਸੁਭਾਵਿਕ ਤੌਰ 'ਤੇ ਖਤਰਾ ਬਣਿਆ ਰਹਿੰਦਾ ਹੈ ਕਿਤੇ ਨਾ ਕਿਤੇ, ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਅਸੀਂ ਵੇਖਦੇ ਹਾਂ ਸਾਹਮਣੇ ਆਉਂਦੀਆਂ ਨੇ ਕਿ ਕਿਵੇਂ ਪਰਿਵਾਰ ਦੇ ਪਰਿਵਾਰ ਜਿਹੜੇ ਨੇ ਪਾਣੀ ਦੇ ਵਿੱਚ ਰੁੜੇ ਨੇ ਔਰ ਬਹੁਤ ਵਾਰ ਹੁੰਦਾ ਕਿ ਜਿੱਥੇ ਬਹੁਤ ਘੱਟ ਪਾਣੀ ਹੋਏ ਕਈ ਵਾਰ ਉੱਥੇ ਖੜ੍ਹ ਕੇ ਕੋਈ ਸੈਲਫੀ ਲੈਣ ਲੱਗ ਜਾਂਦਾ ਹੈ ਤਾਂ ਇੱਕਦਮ ਤੋਂ ਪਾਣੀ ਪਿੱਛੋਂ ਜ਼ਿਆਦਾ ਆ ਜਾਂਦਾ ਹੈ ਤਾਂ ਉਸ ਸਥਿਤੀ ਦੇ ਵਿੱਚ ਅਮੂਮਨ ਤੌਰ 'ਤੇ ਕਈ ਗੱਡੀਆਂ ਲੋਕ ਵਹਿ ਜਾਂਦੇ ਹੁੰਦੇ ਨੇ ਤਾਂ ਹੁਣ ਮੀਂਹ ਦੇ ਭਾਰੀ ਮੀਂਹ ਦੇ ਅਨੁਮਾਨ ਕਰਕੇ ਇਹ ਯਾਤਰਾ ਰੋਕੀ ਗਈ ਹੈ। ਅੱਗੇ ਵਧਾਂਗੇ, ਵੱਡੀ ਖਬਰ ਹੈ ਗੁਜਰਾਤ ਦੇ ਸੂਰਤ ਦੇ ਵਿੱਚ 6 ਮੰਜ਼ਿਲਾ ਇਮਾਰਤ ਟੈਟੇਰੀ ਹੋ ਗਈ ਹੈ। ਹਾਦਸੇ ਵਿੱਚ 3 ਲੋਕਾਂ ਦੀ ਮੌਤ ਦੀ ਮੰਦਭਾਗੀ ਖਬਰ ਆ ਰਹੀ ਹੈ। ਕਈ ਲੋਕਾਂ ਦੀ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ ਤਾਂ 6 ਮੰਜ਼ਿਲਾ ਇਮਾਰਤ ਹੈ ਟੈਟੇਰੀ ਹੋ ਗਈ ਹੈ ਔਰ ਉਸਦੇ ਵਿੱਚ 30 ਅਪਾਰਟਮੈਂਟ ਸਨ। ਤਾਂ 2017 ਦੇ ਵਿੱਚ ਇਮਾਰਤ ਬਣੀ ਸੀ, ਯਾਨੀ ਕਿ ਬਹੁਤ ਹੀ ਜ਼ਿਆਦਾ ਪੁਰਾਣੀ ਵੀ ਇਹ ਇਮਾਰਤ ਨਹੀਂ ਸੀ। ਜ਼ਿਆਦਾਤਰ ਪਰਿਵਾਰ ਇੱਥੇ ਕਿਰਾਏ 'ਤੇ ਰਹਿ ਰਹੇ ਸਨ। ਬਿਲਡਿੰਗ ਦੇ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਮਜ਼ਦੂਰੀ ਦਿਹਾੜੀ ਕਰਦੇ ਸਨ। ਤਸਵੀਰਾਂ ਸਾਹਮਣੇ ਆ ਗਈਆਂ ਨੇ, ਬੇਹੱਦ ਹੀ ਵੱਡਾ ਹਾਦਸਾ ਵਾਪਰਿਆ ਔਰ ਇੱਥੇ ਹੋਰ ਲੋਕਾਂ ਦੀ ਮੌਤ ਦਾ ਵੀ ਖਦਸ਼ਾ ਹੈ। ਫਿਲਹਾਲ ਜੋ ਪੁਸ਼ਟੀ ਹੋਈ ਹੈ ਪ੍ਰਸ਼ਾਸਨ ਦੇ ਵੱਲੋਂ ਅਸੀਂ ਕਹਿ ਸਕਦੇ ਹਾਂ ਤਾਂ 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। JCB ਹੋਰ ਮਸ਼ੀਨਾਂ ਲਗਾਈਆਂ ਗਈਆਂ ਨੇ ਤਾਂ ਕੁੱਲ ਮਿਲਾ ਕੇ ਇੱਥੇ ਮਲਬਾ ਹਟਾਉਣ ਦਾ ਹੁਣ ਕੰਮ ਹੋ ਰਿਹਾ ਹੈ ਜਾਂ ਕਹਿ ਲਈਏ ਕਿ ਰੈਸਕਿਊ ਆਪਰੇਸ਼ਨ ਚੱਲ ਰਿਹਾ ਤਾਂ ਕਿ ਹੋਰ ਲੋਕ ਇਸ ਦੇ ਵਿੱਚ ਜੇ ਦੱਬੇ ਹੋਣਗੇ ਤਾਂ ਉਹਨਾਂ ਨੂੰ ਬਚਾਇਆ ਜਾ ਸਕੇ, ਸਮੇਂ ਸਿਰ ਹਸਪਤਾਲ ਪਹੁੰਚਾਇਆ ਜਾਵੇ। ਤਾਂ ਸੂਰਤ ਦੀਆਂ ਇਹ ਤਸਵੀਰਾਂ ਨੇ, ਗੁਜਰਾਤ ਦੀਆਂ ਇਹ ਤਸਵੀਰਾਂ ਨੇ। ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ, ਕਈ ਲੋਕਾਂ ਦੀ ਹੋਰ ਮੌਤ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ। ਅੰਦਾਜ਼ਾ ਲਾਇਆ ਜਾ ਸਕਦਾ ਕਿ 30 ਅਪਾਰਟਮੈਂਟ ਨੇ ਔਰ ਲੋਕ ਉੱਥੇ ਕਿਰਾਏ 'ਤੇ ਰਹਿ ਰਹੇ ਸਨ। 6 ਮੰਜ਼ਿਲਾ ਇਮਾਰਤ ਹੈ, ਕਿਸ ਤਰੀਕੇ ਦੇ ਨਾਲ ਇਹ ਟੈਟੇਰੀ ਹੋਈ, ਸਵਾਲ ਇਹ ਵੀ ਹੈ ਕਿ ਬਹੁਤ ਜ਼ਿਆਦਾ ਬਰਸਾਤ ਇਸਦੀ ਵਜ੍ਹਾ ਹੈ ਕਿ ਕੀ ਹਾਲਾਤ ਉੱਥੇ ਬਣੇ, ਕਿਉਂਕਿ ਬਹੁਤ ਹੀ ਜ਼ਿਆਦਾ ਪੁਰਾਣੀ ਵੀ ਇਹ ਇਮਾਰਤ ਨਹੀਂ ਹੈ ਤਾਂ ਵਜ੍ਹਾ ਕੀ ਹੈ। ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕਿਵੇਂ ਇਹ ਇਮਾਰਤ ਇੱਕਦਮ ਤੋਂ ਇਸ ਤਰੀਕੇ ਦੇ ਨਾਲ ਢਹਿ ਗਈ, ਮਲਬੇ 'ਚ ਤਬਦੀਲ ਹੋ ਗਈ। ਕੋਲ ਮਿਲਾ ਤਾਂ ਕੰਟਰੋਲ ਰੂਮ ਮੇਂ ਔਰ 5 ਮਾਲੇ ਕੀ ਬਿਲਡਿੰਗ ਜੋ ਹੈ ਕੋਲੈਪਸ ਹੋਈ ਹੈ। ਤੋ ਇਸਕਾ ਸਾਈਜ਼ ਦੇਖ ਕੇ ਔਰ ਬ੍ਰਿਗੇਡ ਕੋਲ ਡਿਕਲੇਅਰ ਕੀਆ ਥਾ ਹਮਨੇ, ਉਸਮੇਂ AAT ਕੇ ਆਸ ਪਾਸ ਫਾਇਰ ਕੇ ਜੋ ਫਾਇਰਮੈਨ ਵਗੈਰਾ ਹੈ ਉਹ ਥੇ ਔਰ 20 ਕੇ ਆਸ ਪਾਸ ਜੋ ਫਾਇਰ ਆਫਿਸਰਸ ਥੇ ਔਰ ਹਮ ਲੋਕ ਬਾਕੀ ਕਾਰਪੋਰੇਸ਼ਨ ਕੇ ਸਭੀ ਟੀਮ, ਜ਼ੋਨਲ ਹੈਡ ਹੈ ਔਰ ਜ਼ੋਨ ਸੇ ਹੈ ਜੋ ਵੀ ਸਭੀ ਲੋਕ ਯਹਾਂ ਪਹੁੰਚ ਗਏ ਥੇ। ਪੁਲਿਸ ਪ੍ਰਸ਼ਾਸਨ ਸੇ ਸਭੀ ਲੋਕ ਪਹੁੰਚ ਗਏ ਥੇ, ਕਲੈਕਟਰ ਕਚਹਿਰੀ ਸੇ ਸਭੀ ਲੋਕ ਪਹੁੰਚ ਗਏ ਥੇ। ਉਸਕੇ ਬਾਅਦ ਮੇਂ ਹਮਨੇ ਸਰਚ ਰੈਸਕਿਊ ਆਪਰੇਸ਼ਨ ਚਲਾਇਆ, ਉਸਮੇਂ ਇੱਕ ਲੇਡੀ ਕੀ ਆਵਾਜ਼ ਆ ਰਹੀ ਥੀ ਅੰਦਰ ਸੇ ਔਰ ਜੋ ਫਾਇਰਮੈਨ ਹੈ ਉਸਮੇਂ ਲਾਈਟ ਵੇਟ ਵਾਲਾ ਔਰ ਕਾਫੀ ਰਿਸਕ ਲੈ ਕੇ ਜਹਾਂ ਕੈਵਿਟੀ ਮਿਲੀ ਵਹਾਂ ਪੇ ਡਿਬਰੀਜ਼ ਨਿਕਾਲਤਾ ਹੁਆ ਅੰਦਰ ਗਿਆ
और उसके पैर दिखाई दे रहे थे लेडी के, तो पैर पकड़ने के बाद में और इस जो फायरमैन था इसके पैर बाकी फायरमैन ने पकड़ के उसको ड्रैग करते हुए बाहर निकाला और लेडी बड़ी सेफली, उसको कोई इजा वगैरह नहीं है, बाहर निकाला। उसके बाद में ये सर्च ऑपरेशन ऑल नाइट चला और अभी करीब लास्ट जो डेड बॉडी निकली है वो 6 बजे के आसपास निकली है और 7 डेड बॉडियाँ रिकवर की है, क्योंकि वो स्लैब पूरा नीचे गिर गया था और सभी लोग उसमें दबे हुए थे स्लैब के नीचे। तो जलंधर दे विच उधर श्रोमणी अकाली दल दे बागी धड़े की मीटिंग है, तो बागी धड़े का अकाली दल की लीडरशिप से निशाना भी सामने आया है, जुबानी हमला भी किया उन्होंने और अकाली दल का जलंधर के मैदान के हटना पंथ विरोधी फैसला है। उन्होंने कहा है तकड़ी की थां ते होर कोई होर लई प्रचार करना गलत फैसला है, बागी धड़ा कह रहा है। जस्टिस रणजीत सिंह की किताब नूं लैके भी अकाली दल से सवाल चुके गए ने, डेरा मुखी नूं माफी दवाउण दे विच अकाली दल दी लीडरशिप दी भूमिका रही है। उन्होंने कहा अकाली लीडरशिप ने सिंह साहबाना ते दबाव पाया, यह भी बागी धड़े का कहना है। बागी धड़े ने SGPC की लीडरशिप से भी सवाल चुके ने, गुरबाणी प्रसारण लैके खुद का चैनल ना चलाउण ते भी सवाल जिहड़े है वो चुके गए, खुद का चैनल चलाउण ते भी सवाल चुके गए ने। इस मीटिंग दे विच प्रेम सिंह चंदूमाजरा, सिकंदर सिंह मलुका, परमिंदर सिंह ढींसा, बीबी जगीर कौर, सुरजीत सिंह रखड़ा, सुचा सिंह छोटेपुर, गुरप्रताप सिंह बड़ाला शामिल। तो हुण गल अमृतपाल सिंह दी करांगे, सौ चुकन तो बाद हुण मंग रिहाई दी होण लगी। SGPC प्रधान हरजिंदर सिंह धामी ने भी केंद्र दे अगे मंग रखी है अमृतपाल सिंह नूं रिहा कीता जावे। अमृतपाल दे MP वजों सहुं चुक्कण दे बाद हुण रिहाई वाली मंग तेज़ होण लगी है। हालांकि अमृतपाल ने शुक्रवार नूं परिवार दे नाल मुलाकात दे दौरान SGPC वाला सुनेहा दित्ता, वध तों वध वोटां बनाउण दी अपील कीती, पर रिहाई वाले मुद्दे ते श्रोमणी कमेटी अमृतपाल दे नाल खड़ी है। श्रोमणी कमेटी दे प्रधान हरजिंदर सिंह धामी ने भी केंद्र सरकार दे अगे मंग रख दित्ती है कि सरकार अमृतपाल सिंह नूं रिहा करे। SGPC प्रधान धामी ने कहा कि अमृतपाल नूं खडूर साहिब दी जनता ने चुनिया है ते नाल ही बंदी सिखां दी रिहाई दा भी मुद्दा चुकिया है। अमृतपाल सिंह सौं उन्हें चुक लई आ ते मैं समझदा जिहड़ा 2 लाख दी वोट 2 लाख तो उत्ते वोट दे जितया ते लोकां ने भारी समर्थन दिता आ ते सरकारां नूं भी चाहीदा इहदे बारे गौर करन पई, जिहड़ा लोकां ने एडा वड्डा उहनूं प्रोडक्ट दिता आ ਉਹਦਾ ਸਤਿਕਾਰ ਕਰਨਾ ਚਾਹੀਦਾ ਤੇ ਰਿਹਾ ਕਰਨਾ ਚਾਹੀਦਾ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਅੰਮ੍ਰਿਤਪਾਲ ਸਿੰਘ ਨੇ ਸੰਸਦ ਮੈਂਬਰ ਦੇ ਵਜੋਂ ਹਲਫ ਲਿਆ, ਜੋ NSA ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ। ਤਾਂ ਜਦੋਂ ਹੁਣ ਪਰਿਵਾਰ ਦੇ ਵੱਲੋਂ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਸ਼੍ਰੋਮਣੀ ਕਮੇਟੀ ਨੇ ਵੀ ਇਸ ਮੰਗ ਦਾ ਖੁੱਲ੍ਹ ਕੇ ਸਮਰਥਨ ਕੀਤਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਅੱਗੇ ਵਧਦੇ ਹਾਂ ਤਾਂ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦਾ ਜ਼ਿਕਰ ਕਰਾਂਗੇ, ਜਿਸ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਪੂਰੀ ਤਾਕਤ ਚੋਕੀ ਹੋਈ ਹੈ। ਪਾਰਟੀ ਉਮੀਦਵਾਰ ਦੇ ਲਈ ਵੱਖ ਵੱਖ ਥਾਵਾਂ ਤੇ ਚੋਣ ਜਲਸੇ ਕੱਢੇ ਗਏ ਨੇ। ਤਾਂ ਦੱਸ ਦਈਏ ਕਿ ਜਲੰਧਰ ਪੱਛਮੀ ਦੇ ਵੋਟਰਾਂ ਨੂੰ CM ਨੇ ਅਪੀਲ ਕੀਤੀ ਹੈ ਔਰ ਉਹਨਾਂ ਕਿਹਾ ਕਿ ਤੁਸੀਂ ਮਹਿੰਦਰ ਭਗਤ ਨੂੰ ਵਿਧਾਨ ਸਭਾ ਦੀ ਪੌੜੀ ਚੜ੍ਹਾਓ, ਅੱਗੇ ਦੀ ਪੌੜੀ ਮੈਂ ਚੜ੍ਹਾਵਾਂਗਾ। CM ਦਾ ਇਹ ਕਹਿਣਾ ਹੈ ਤਾਂ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਨੂੰ ਲੈ ਕੇ ਪੂਰੀ ਤਾਕਤ ਚੋਕੀ ਗਈ। ਉਮੀਦਵਾਰ ਜਿਨ੍ਹਾਂ ਦਾ ਨਾਮ ਵੀ ਭਗਤ ਹੈ, ਬੰਦੇ ਵੀ ਭਗਤ ਹੈ, ਇਹ ਜਿਨ੍ਹਾਂ ਦਾ ਨਾਮ ਵੀ ਭਗਤ ਹੈ ਔਰ ਹੈ ਵੀ ਭਗਤ, ਅਗਰ ਸੀ ਉਮੀਦਵਾਰ ਹੈ ਉਹ
ਡਿਪਟੀ ਮੇਅਰ ਪਿਛਲੇ 10-15 ਸਾਲ। ਅੱਜ ਸਮੱਸਿਆ ਕੀ ਹੈ ਗਲੀਆਂ ਦੀ? ਸੀਵਰੇਜ, ਪਾਣੀ ਨਹੀਂ ਨਿਕਲਦਾ ਕਿਤੇ, ਪਾਣੀ ਦੀ ਨਿਕਾਸੀ, ਬਿਜਲੀ, ਸਟਰੀਟ ਲਾਈਟਾਂ, ਕੂੜਾ, ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ? ਇਹ ਕੰਮ ਕਿਹਦਾ ਹੁੰਦਾ? ਕਾਰਪੋਰੇਸ਼ਨ ਦਾ, ਜਲੰਧਰ ਨਗਰ ਨਿਗਮ ਦਾ। ਨਗਰ ਨਿਗਮ 'ਚ ਕੌਣ ਸੀ? ਆ ਬੀਬੀ ਸੁਰਿੰਦਰ ਕੌਰ ਜਿਹੜੀ ਕਾਂਗਰਸ ਵੱਲੋਂ ਖੜੀ ਹੈ। ਉਹ 15 ਸਾਲਾਂ 'ਚ ਸੀਵਰੇਜ ਦਾ ਢੱਕਣ ਨਹੀਂ ਬਦਲਾ ਸਕੀ, ਇੱਕ ਹੋਰ ਕੀ ਬਦਲਾ ਲਿਆ ਦੂਗੀ ਇਹ ਬਈ MLA ਬਣ ਕੇ? ਇਹ ਸੀਟ ਜੇ ਕਾਂਗਰਸ ਜਿੱਤੀ ਹੈ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਨਾ ਆਮ ਆਦਮੀ ਪਾਰਟੀ ਸਰਕਾਰ ਟੁੱਟਦੀ ਹੈ ਨਾ ਬਣਦੀ ਹੈ। ਪਰ ਹਾਂ, ਜੇ ਸੀਟ ਆਮ ਆਦਮੀ ਪਾਰਟੀ ਜਿੱਤਦੀ ਹੈ ਤੁਹਾਡਾ ਸਰਕਾਰ ਦੇ ਵਿੱਚ ਹਿੱਸਾ ਪੈਂਦਾ, ਤੁਹਾਡਾ ਸਰਕਾਰ ਦੇ ਵਿੱਚ ਯੋਗਦਾਨ ਪਊਗਾ। ਇੱਕ ਵਾਰੀ ਮਹਿੰਦਰ ਭਗਤ ਜੀ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾ ਦਿਉ, ਉਸ ਤੋਂ ਅੱਗੇ ਵਾਲੀਆਂ ਪੌੜੀਆਂ ਚੜ੍ਹਾਉਣਾ ਮੇਰਾ ਕੰਮ ਹੈ, ਇਹ ਕੰਮ ਮੈਂ ਕਰੂੰਗਾ ਫਿਰ, ਤਾਂ ਕਿ ਤੁਹਾਨੂੰ ਕਿਤੇ ਇੱਧਰ ਉੱਧਰ ਭਟਕਣਾ ਨਾ ਪਵੇ। ਤੁਹਾਡੇ ਕੰਮ ਐਪਲੀਕੇਸ਼ਨ ਭਗਤ ਜੀ ਦੀ, ਸਾਈਨ ਮੇਰੇ, ਇਹ ਗੱਲ ਦੀ ਗਰੰਟੀ ਲੈਂਦਾ। ਲਾਈਟ ਮੱਥੇ ਲੱਗਦੀ ਹੈ, ਮੈਂ ਝੂਠ ਨਹੀਂ ਬੋਲਦਾ। ਲੋਕ ਬਹੁਤ ਚਰਚਾ ਕਰਤੇ ਹੈ ਡਰੱਗਸ ਕੇ ਬਾਰੇ ਮੈਂ, ਡਰੱਗਸ ਕੇ ਬਾਰੇ ਮੈਂ 25,000 ਸੇ ਜ਼ਿਆਦਾ, 26,000 ਕੇ ਲਗਭਗ ਡਰੱਗਸ ਕੇ ਮਾਮਲੇ ਮੈਂ NDPS ਕੇ ਮਾਮਲੇ ਮੈਂ ਕੇਸ ਦਰਜ ਕਰਨੇ ਕਾ ਕਾਮ ਮਾਨ ਸਰਕਾਰ ਨੇ ਕੀਆ। ਇਤਨਾ ਹੀ ਨਹੀਂ, ਹਜ਼ਾਰੋਂ ਕਰੋੜ ਰੁਪਏ ਕੀ ਡਰੱਗਸ ਪਕੜਨੇ ਕਾ ਕਾਮ ਇਸ ਸਰਕਾਰ ਨੇ ਕੀਆ। ਇਤਨਾ ਹੀ ਨਹੀਂ, ਜੋ ਪਿਛਲੇ 2017 ਕਾ ਆਂਕੜਾ ਉਠਾ ਕੇ ਦੇਖ ਲੈਣਾ, 17 ਸੇ 22 ਤੱਕ ਕਾ ਆਂਕੜਾ ਉਠਾ ਕੇ ਦੇਖ ਲੈਣਾ, ਭਗਵੰਤ ਮਾਨ ਕੀ ਸਰਕਾਰ ਨੇ ਡਰੱਗਸ ਕੇ ਮਾਮਲੇ ਮੇਂ ਜੋ ਕਾਰਵਾਈ ਕੀ ਹੈ, 56% ਜ਼ਿਆਦਾ ਕਾਰਵਾਈ ਕਰਨੇ ਕਾ ਕਾਮ ਇਸ ਸਰਕਾਰ ਨੇ ਕੀਆ ਹੈ। ਔਰ ਡਰੱਗਸ ਕੋ ਖਤਮ ਕਰੇਂਗੇ, ਬੰਦ ਕਰੇਂਗੇ, ਯਹ ਹਮਾਰਾ ਸੰਕਲਪ ਹੈ। ਉਧਰ ਗੈਂਗਸਟਰ ਦਲਜੀਤ ਭਾਨਾ ਦੀ ਪੈਰੋਲ ਦਾ ਵਿਰੋਧ ਹੋ ਰਿਹਾ ਹੈ। ਭਾਜਪਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ, ਜ਼ਮਨੀ ਚੋਣ ਨੂੰ ਪ੍ਰਭਾਵਿਤ ਕਰਨ ਦੇ ਲਈ ਉਹਨਾਂ ਕਿਹਾ ਹੈ ਕਿ ਪੈਰੋਲ ਦਿੱਤੀ ਗਈ ਹੈ। ਭਾਜਪਾ ਦਾ ਕਹਿਣਾ ਹੈ ਕਿ ਦਲਜੀਤ ਭਾਨਾ ਦੀ ਤੁਰੰਤ ਰੱਦ ਕੀਤੀ ਜਾਵੇ ਪੈਰੋਲ, ਤਾਂ ਬੂਥ ਕੈਪਚਰਿੰਗ ਦੇ ਵਿੱਚ ਭਾਨਾ ਦੀ ਵਰਤੋਂ ਹੋ ਸਕਦੀ ਹੈ। ਜਲੰਧਰ ਵੈਸਟ ਦਾ ਰਹਿਣ ਵਾਲਾ ਹੈ ਦਲਜੀਤ ਭਾਨਾ, ਜਿਸ ਨੂੰ ਪੈਰੋਲ ਮਿਲੀ ਹੈ, ਜਿਸ ਤੋਂ ਬਾਅਦ ਭਾਜਪਾ ਨੇ ਸਵਾਲ ਚੁੱਕੇ। ਆਪਣੀ ਹਾਰ ਨੂੰ ਸਾਹਮਣੇ ਦੇਖਦੇ ਹੋਏ ਭਗਵੰਤ ਮਾਨ ਸਰਕਾਰ ਨੇ ਹਰ ਨਿਚਲੇ ਤੋਂ ਨਿਚਲਾ ਹੱਥਕੰਡਾ ਅਪਣਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਗ੍ਰੇਡ ਦੇ ਗੈਂਗਸਟਰ ਦਲਜੀਤ ਭਾਨਾ ਨੂੰ ਪੈਰੋਲ ਦੇ ਉੱਤੇ ਚੜਾ ਕੇ ਲੈ ਕੇ ਆਏ ਨੇ ਆਪਣੇ ਵਾਸਤੇ ਪ੍ਰਚਾਰ ਕਰਨ ਵਾਸਤੇ। ਦਲਜੀਤ ਭਾਨਾ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ, ਜਲੰਧਰ ਵੈਸਟ ਦੇ ਵੋਟਰਾਂ ਨੂੰ ਧਮਕਾਉਣ ਦੇ, ਇੱਥੇ ਤੱਕ ਕਿ ਵਿਰੋਧੀ ਕੈਂਡੀਡੇਟਸ ਨੂੰ ਵੀ ਥਰੈਟਨਿੰਗ ਦੇ, ਡਰਾਉਣ ਧਮਕਾਉਣ ਦੇ ਮਾਮਲੇ ਸਾਹਮਣੇ ਆ ਰਹੇ ਨੇ। ਉਹ ਸ਼ਰੇਆਮ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਜਲੰਧਰ ਵੈਸਟ ਦੇ ਵਿੱਚ ਵੋਟਰਸ ਨੂੰ ਧਮਕਾ ਰਿਹਾ। ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕੀਤੀ ਹੈ ਕਿ ਇਸ ਤਰ੍ਹਾਂ ਦੇ ਗੈਂਗਸਟਰਸ ਨੂੰ ਤੁਰੰਤ ਉਹਨਾਂ ਦੀ ਪੈਰੋਲ ਨੂੰ ਰੱਦ ਕੀਤਾ ਜਾਵੇ ਔਰ ਤੁਰੰਤ ਉਹਨਾਂ ਨੂੰ ਵਾਪਸ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਣਾ ਚਾਹੀਦਾ। ਉਧਰ ਵਰਲਡ ਚੈਂਪੀਅਨ ਅਰਸ਼ਦੀਪ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਬੀਤੇ ਦਿਨ। ਮੋਹਾਲੀ ਪਹੁੰਚਣ ਤੇ ਗ੍ਰੈਂਡ ਵੈਲਕਮ ਹੋਇਆ ਤਾਂ ਅਰਸ਼ਦੀਪ ਦੇ ਫੈਨਸ ਨੇ ਟੋਲ ਦੀ ਥਾਪ ਤੇ ਭੰਗੜੇ ਪਾਏ। ਮੋਹਾਲੀ ਏਅਰਪੋਰਟ ਤੋਂ ਖਰੜ ਤੱਕ ਦੱਸਦੀ ਕਿ ਵਿਕਟਰੀ ਮਾਰਚ ਕੱਢਿਆ ਗਿਆ ਤਾਂ ਪਿਆਰ ਦੇਣ ਦੇ ਲਈ ਅਰਸ਼ਦੀਪ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ। ਪਰਮਾਤਮਾ ਨੇ ਉਹਨਾਂ ਕਿਹਾ ਕਿ ਸਾਡਾ ਸਾਥ ਦਿੱਤਾ ਹੈ। ਦੱਸਦੀ ਕਿ ਬਿਹਤਰ ਪਰਫਾਰਮੈਂਸ ਵਰਲਡ ਜਦੋਂ ਹੋਇਆ ਹੈ ਮੈਚ, ਦੱਸ ਦਈਏ ਕਿ ਵਰਲਡ ਕੱਪ ਜਦੋਂ ਜਿੱਤ ਕੇ ਆਏ ਨੇ ਤਾਂ ਉਸ ਦੇ ਦੌਰਾਨ ਬਿਹਤਰ ਪਰਫਾਰਮੈਂਸ ਦਿੱਤੀ ਗਈ ਹੈ ਅਰਸ਼ਦੀਪ ਦੇ ਵੱਲੋਂ। ਔਰ ਇਹ ਤਸਵੀਰਾਂ ਬੀਤੀ ਸ਼ਾਮ ਬੀਤੀ ਰਾਤ।
ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ। ਬਹੁਤ ਜ਼ਿਆਦਾ ਪਿਆਰ ਮਿਲਿਆ ਪੰਜਾਬ ਵੱਲੋਂ ਤੇ ਮੇਰੇ ਭਰੇ ਹੱਥ ਰੱਖਿਆ ਪਰਮਾਤਮਾ ਨੇ ਤੇ ਬਹੁਤ ਵਧੀਆ ਰਿਜ਼ਲਟ ਮਿਲੇ ਸਾਨੂੰ। ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰ ਦਿੱਤਾ। ਥੈਂਕ ਯੂ ਸੋ ਮਚ, ਲਵ ਯੂ ਆਲ। ਅੱਗੇ ਵਧਦੇ ਹਾਂ ਤਾਂ ਪੁਲਿਸ ਰਿਮਾਂਡ ਤੇ ਹੈ ਹਮਲਾਵਰ ਨਿਹੰਗ ਸਿੰਘ। ਨਿਹੰਗ ਸਿੰਘਾਂ ਦਾ 3 ਦਿਨ ਦਾ ਪੁਲਿਸ ਨੂੰ ਰਿਮਾਂਡ ਮਿਲਿਆ ਹੈ। ਸ਼ਿਵ ਸੈਨਾ ਲੀਡਰ ਸੰਦੀਪ ਥਾਪਰ ਤੇ ਦੱਸੀਏ ਕਿ ਜਾਨਲੇਵਾ ਹਮਲਾ ਕੀਤਾ ਗਿਆ ਸੀ। ਲੁਧਿਆਣਾ ਦੇ ਵਿੱਚ ਥਾਪਰ ਤੇ ਤਲਵਾਰਾਂ ਦੇ ਨਾਲ ਸ਼ਰੇਆਮ ਹਮਲਾ ਕੀਤਾ ਗਿਆ ਸੀ, ਪਰ ਪੰਜਾਬ ਦੇ ਵਿੱਚ ਸੜਕ ਦੇ ਵਿਚਾਲੇ ਹੀ ਹਮਲਾ ਕੀਤਾ ਗਿਆ ਸੀ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਜਿਸ ਤੋਂ ਬਾਅਦ ਮਾਮਲਾ ਸਿਆਸੀ ਤੌਰ ਤੇ ਵੀ ਬੇਹੱਦ ਭਖਿਆ ਹੈ ਤਾਂ ਗ੍ਰਿਫਤਾਰੀ ਹੋ ਗਈ ਸੀ ਬੀਤੇ ਤੋਂ ਬੀਤੇ ਦਿਨ। ਇਸ ਤੋਂ ਬਾਅਦ ਕੱਲ੍ਹ ਰਿਮਾਂਡ ਹਾਸਲ ਹੋਇਆ ਹੈ ਪੁਲਿਸ ਨੂੰ। ਅਜੇ ਰਿਮਾਂਡ ਜੋ ਵਿਧਾਇਕ ਸ਼੍ਰੀ ਸੁਖਜੀਤ ਕੌਰ ਮੈਡਮ ਜੀ ਕੋਰਟ ਜਨਰਲ ਨੂੰ ਪੇਸ਼ ਕੀਤਾ ਅੱਜ, ਅਤੇ ਉਸ ਤੋਂ 3 ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਸਰ, ਕਿੰਨੇ ਲੋਕਾਂ ਨੂੰ ਪੇਸ਼ ਕੀਤਾ? 2 ਲੋਕਾਂ। ਅਤੇ ਕੀ ਬਹਿਸ ਹੋਈ ਹੈ ਅੰਦਰ? ਕਿੰਨੇ ਦਿਨ ਦਾ ਰਿਮਾਂਡ ਮੰਗਿਆ? 3 ਦਿਨ ਦਾ ਸੀ, 5 ਦਿਨ ਦਾ ਮੰਗਿਆ ਸੀ, 3 ਦਿਨ ਦਾ ਮਾਣਯੋਗ ਦਾ ਮਿਲਿਆ। ਸਰ, ਇਹਨਾਂ ਨੇ ਦੱਸਿਆ ਕਿ ਕਿਉਂ ਇਹਨਾਂ ਨੇ ਹਮਲਾ ਕੀਤਾ? ਉਹ ਇਨਵੈਸਟੀਗੇਸ਼ਨ ਜਾਰੀ ਹੈ ਸਰ। ਕੁਛ ਬਹਿਸ ਦੱਸ ਗੱਲਬਾਤ ਚੱਲਦੀ ਪਈ ਇਨਵੈਸਟੀਗੇਸ਼ਨ? ਸਰ, ਕੁਛ ਹੋਰ ਵੀ ਬੰਦੇ ਦੱਸੇ ਜਾ ਰਹੇ ਇਹਨਾਂ ਦੇ ਨਾਲ? 2 ਅਰੈਸਟ ਹੋਏ, ਬਾਕੀ ਹੋਰ ਵੀ? ਇੱਕ ਰਹਿੰਦਾ ਜੀ ਅਰੈਸਟ ਕਰਦਾ। ਕਿੰਨੇ ਟੋਟਲ? ਕਿੰਨੇ ਬੰਦੇ? 3 ਸੀਗੇ ਜੀ। ਸ਼ਿਵ ਸੈਨਾ ਲੀਡਰ ਸੰਦੀਪ ਥਾਪਰ ਗੋਰਾ ਤੇ ਹੋਏ ਹਮਲੇ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਸਿਆਸੀ ਧਿਰਾਂ ਹਮਲੇ ਦੇ ਬਹਾਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰ ਰਹੀਆਂ ਨੇ, ਔਰ ਇਹਨਾਂ ਸਵਾਲਾਂ ਦੇ ਵਿਚਾਲੇ ਪੁਲਿਸ ਦਾ ਐਕਸ਼ਨ ਵੀ ਵੇਖਣ ਨੂੰ ਮਿਲਿਆ ਹੈ। ਸ਼ਿਵ ਸੈਨਾ ਦੇ ਲੀਡਰ ਸੰਦੀਪ ਗੋਰਾ ਥਾਪਰ ਤੇ ਹੋਇਆ ਹਮਲਾ ਪੰਜਾਬ ਦੇ ਵਿੱਚ ਸਿਆਸੀ ਮੁੱਦਾ ਬਣਦਾ ਜਾ ਰਿਹਾ ਹੈ। ਲੁਧਿਆਣਾ ਦੇ ਹਸਪਤਾਲ ਦੇ ਵਿੱਚ ਦਾਖਲ ਸੰਦੀਪ ਗੋਰਾ ਨੂੰ ਮਿਲਣ ਦੇ ਲਈ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਪਹੁੰਚੇ। ਜਾਖੜ ਨੇ ਸੰਦੀਪ ਗੋਰਾ ਤੇ ਹੋਏ ਹਮਲੇ ਦੇ ਬਹਾਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਅਤੇ ਸਰਕਾਰ ਤੋਂ ਜਵਾਬ ਮੰਗਿਆ। ਇੱਥੇ ਵਾਇਲੈਂਸ ਨੂੰ, ਚਾਹੇ ਕੋਈ ਥੱਪੜ ਮਾਰਦਾ, ਚਾਹੇ ਕੋਈ ਤਲਵਾਰ ਮਾਰਦਾ, ਚਾਹੇ ਗੋਲੀ ਮਾਰਦਾ, ਉਹਨੂੰ ਇੱਕ ਹੀਰੋ ਵਰਸ਼ਿਪ ਬਣਾ ਕੇ ਵੀ ਬਹੁਤ ਵੱਡਾ ਹਮਲਾ ਮਾਰਿਆ। ਉਸ ਨੂੰ ਜਦੋਂ ਮੈਨੂੰ ਗਲੋਰੀਫਾਈ ਵਾਇਲੈਂਸ ਆ, ਕਿਸੇ ਵੀ ਰੂਪ ਦੇ ਅੰਦਰ ਵਾਇਲੈਂਸ ਜਿਹੜੀ ਹੈ ਉਹਨੂੰ ਜੇ ਕਰੋਗੇ ਤੇ ਉਹਦਾ ਫਿਰ ਜਾਂ ਨਫ਼ਰਤ ਬੀਜੋਗੇ ਤੇ ਨਫ਼ਰਤ ਦਾ ਸਿੱਟਾ ਉਹੀ ਫਸਲ ਕੱਟੋਗੇ ਸਰ। ਵਿਰੋਧੀ ਧਿਰਾਂ ਦੇ ਸਵਾਲਾਂ ਦੇ ਵਿਚਾਲੇ ਪੁਲਿਸ ਦਾ ਐਕਸ਼ਨ ਵੀ ਦੇਖਣ ਨੂੰ ਮਿਲਿਆ। ਪੁਲਿਸ ਨੇ ਸੰਦੀਪ ਗੋਰਾ ਤੇ ਗਨਮੈਨ ਨੂੰ ਸਸਪੈਂਡ ਕਰ ਦਿੱਤਾ ਹੈ। ਸੰਦੀਪ ਗੋਰਾ ਤੇ ਨਿਹੰਗਾਂ ਨੇ ਹਮਲਾ ਗਨਮੈਨ ਦੀ ਮੌਜੂਦਗੀ ਦੇ ਵਿੱਚ ਕੀਤਾ ਸੀ ਅਤੇ ਅਸਲੇ ਦੇ ਨਾਲ ਲੈਸ ਗਨਮੈਨ ਸੰਦੀਪ ਦਾ ਬਚਾਅ ਨਹੀਂ ਕਰ ਸਕਿਆ ਸੀ। ਇਸੇ ਲਾਪਰਵਾਹੀ ਕਰਕੇ ਗਨਮੈਨ ਸੁਖਵੰਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਲੁਧਿਆਣਾ ਦੇ ਵਿੱਚ ਦਿਨ ਦਿਹਾੜੇ 2 ਤੋਂ 3 ਨਿਹੰਗਾਂ ਨੇ ਸੜਕ ਦੇ ਵਿਚਾਲੇ ਸ਼ਿਵ ਸੈਨਾ ਦੇ ਲੀਡਰ ਸੰਦੀਪ ਗੋਰਾ ਤੇ ਹਮਲਾ ਕਰ ਦਿੱਤਾ ਸੀ ਅਤੇ ਇਸ ਹਮਲੇ ਦੇ ਵਿੱਚ ਸੰਦੀਪ ਗੋਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਗਨਮੈਨ ਨੂੰ ਵੀ ਸਸਪੈਂਡ ਕਰ ਦਿੱਤਾ ਹੈ, ਪਰ ਵਿਰੋਧੀ ਧਿਰਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੇ ਸਵਾਲ ਖੜੇ ਕਰ ਰਹੀਆਂ ਨੇ। ਲੁਧਿਆਣਾ ਤੋਂ ਨਿਪਿੰਦਰ ਬਰਾੜ, ਨਿਊਜ਼ ਸਿਟੀ। ਉਧਰ ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਲੀਡਰ ਤੇ ਹੋਏ ਹਮਲੇ ਨੂੰ ਲੈ ਕੇ ਕਾਂਗਰਸ ਨੇ ਵੀ ਸੂਬੇ ਤੇ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਨੇ। ਖੁੱਲ੍ਹੇਆਮ ਸ਼ਰੇਆਮ ਇੱਕ ਸ਼ਿਵ ਸੈਨਾ ਲੀਡਰ ਤੇ ਹਮਲਾ ਹੁੰਦਾ, ਉਹਨਾਂ ਕੋਲ ਸਿਕਿਉਰਿਟੀ ਸੀ, ਉਹ ਬਿਜ਼ੀ ਰੋਡ ਤੇ ਸੀਗੇ, ਉਹਦੇ ਬਾਵਜੂਦ ਇਹ ਚੀਜ਼ ਹੁੰਦੀ ਹੈ। ਤੇ ਕੋਈ ਪਹਿਲਾ ਇੰਸੀਡੈਂਟ ਨਹੀਂ ਹੈ ਜਿਹੜਾ ਪੰਜਾਬ ਦੇ ਵਿੱਚ ਹੋਇਆ ਲਾਅ ਐਂਡ ਆਰਡਰ ਦੇ ਮੁਤਲਕ। ਬੈਕ ਟੂ ਬੈਕ ਇੰਸੀਡੈਂਟਸ ਪੰਜਾਬ ਦੇ ਵਿੱਚ ਹੋਏ ਹੈ ਲਾਅ ਐਂਡ ਆਰਡਰ ਦੇ, ਜਿਹਦੇ ਕਰਕੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਮਸ਼ੀਨਰੀ ਦਾ ਬ੍ਰੇਕਡਾਊਨ ਹੋ ਚੁੱਕਿਆ, ਪੂਰਨ ਕਲੈਪਸ ਹੋ ਚੁੱਕਿਆ। ਕਿ ਜਿਹੜਾ ਸਿਕਿਉਰਿਟੀ ਪਰਸਨਲ ਸੀ ਜਿਹੜਾ ਥਾਪਰ ਸਾਹਿਬ ਦੇ ਨਾਲ ਸੀਗਾ, ਉਹ ਜ਼ਿਆਦਾ ਕੁਛ ਕਰ ਨਹੀਂ ਸਕਿਆ ਵਿਅਕਤੀ ਉਹ, ਕਿਉਂਕਿ ਓਵਰ ਏਜ ਸੀਗੇ। ਆਪਾਂ ਬਹੁਤ ਇੰਸੀਡੈਂਟਸ ਦੇਖੇ ਹੈ ਜਿੱਥੇ ਸਿਕਿਉਰਿਟੀ ਪਰਸਨਲ ਓਵਰ ਏਜ ਨੇ, ਜਦੋਂ ਗਨਮੈਨ ਓਵਰ ਏਜ ਹੈ
ਉਹ ਕੀ ਐਕਟਿਵਲੀ ਕੰਬੈਟ ਕਰ ਸਕਦਾ, ਉੱਥੇ ਲੜ ਸਕਦਾ, ਡਿਫੈਂਡ ਕਰ ਸਕਦਾ ਉਹ ਵਿਅਕਤੀ ਨੂੰ ਜਿਹਦੀ ਉਹਦੀ ਡਿਊਟੀ ਲਾਈ ਗਈ ਹੈ ਉਹਨੂੰ ਪ੍ਰੋਟੈਕਟ ਕਰਨ ਦੀ, ਸੇਫਗਾਰਡ ਕਰਨ ਦੀ ਜਿਹੜੇ ਵਿਅਕਤੀ ਨੂੰ, ਅਤੇ ਇਹ ਤਾਂ ਮੇਕ ਸ਼ੋਰ ਆਮ ਆਦਮੀ ਪਾਰਟੀ ਸਰਕਾਰ ਨੂੰ ਕਰਨਾ ਚਾਹੀਦਾ ਵੀ ਜੇ ਥਰੈਟ ਪਰਸੈਪਸ਼ਨ ਹੈ ਤਾਂ ਉਹਦੇ ਨਾਲ ਐਸੇ ਗਨਮੈਨ ਡਿਪਿਊਟ ਹੋਣੇ ਚਾਹੀਦੇ ਹੈ ਜੋ ਐਕਟਿਵਲੀ ਉਹਨੂੰ ਡਿਫੈਂਡ ਕਰ ਸਕਦੇ। ਉਧਰ ਸਮਰਾਲਾ ਦੇ ਵਿੱਚ ਨਿਹੰਗਾਂ ਦਾ ਪੁਲਿਸ ਦੇ ਨਾਲ ਪੇਚਾ ਪੈ ਗਿਆ ਤਾਂ ਮੋਟਰਸਾਈਕਲ ਦੇ ਚਲਾਨ ਨੂੰ ਲੈ ਕੇ ਦੱਸੀ ਕਿ ਬਹਿਸ ਹੋਈ ਔਰ ਪੁਲਿਸ ਨੇ ਉਹਨਾਂ ਨਿਹੰਗ ਸਿੰਘਾਂ ਨੇ ਕਿਹਾ ਕਿ ਪੁਲਿਸ ਨੇ ਸਾਨੂੰ ਗਲਤ ਬੋਲਿਆ। ਮੋਟਰਸਾਈਕਲ ਦੇ ਪੂਰੇ ਕਾਗਜ਼ ਨਹੀਂ ਸਨ, ਪੁਲਿਸ ਦਾ ਇਹ ਕਹਿਣਾ ਹੈ। ਇੱਕ ਬਾਈਕ 'ਤੇ 3 ਲੋਕ ਸਵਾਰ ਸਨ ਔਰ ਇਹ ਇਕੱਠੇ ਹੋ ਕੇ ਦਬਾਅ ਪਾਉਣ ਆਏ ਸੀ ਤਾਂ ਅਸੀਂ ਕਿਸੇ ਨੂੰ ਗਲਤ ਨਹੀਂ ਬੋਲਿਆ। ਪੁਲਿਸ ਅੱਜ ਅਸੀਂ ਥਾਣੇ ਗਏ ਸੀਗੇ SHO ਸਾਹਿਬ ਕੋਲ ਇਹ ਕੰਪਲੇਂਟ ਦੇਣ ਵੀ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕਾਂਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜਾਇਜ਼ ਘੇਰ ਰਿਹਾ। ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰਿਆ ਅਸੀਂ ਕੁਛ ਨਹੀਂ ਕਿਹਾ ਹੈਗਾ, ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ, ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ। ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੇ, ਸਿੰਘਾਂ ਹਰੇਕ ਧੀਆਂ ਭੈਣਾਂ ਨੂੰ ਧੀ ਭੈਣ ਦੀ ਤਰ੍ਹਾਂ ਕਹਿੰਦੇ ਨੇ। ਇਹ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਸ਼ਕੀ ਕਰ ਦਿਓ, ਐਂ ਕਰ ਦਿਓ, ਫਿਰ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ। ਅਸੀਂ ਪੁੱਛਣਾ ਵੀ ਭਾਈ ਸਾਡਾ ਸਿੰਘ ਕਿੱਥੇ ਗਲਤ ਆ। ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ, ਵਿਦਆਊਟ ਨੰਬਰ ਪਲੇਟ ਸੀਗਾ, ਇਹਦੇ 3 ਜਣੇ ਚੜੇ ਆਉਂਦੇ ਸੀ, ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਗਜ਼ ਪੱਤਰ ਚੈੱਕ ਕੀਤੇ, ਜਿਹਨਾਂ ਕੋਲ ਕਾਗਜ਼ ਪੱਤਰ ਬਿਲਕੁਲ ਨਹੀਂ ਸੀਗੇ, ਤੇ ਇਸਦਾ ਅਸੀਂ ਵਿਦਆਊਟ ਨੰਬਰ ਪਲੇਟ ਚਲਾਨ ਕਰਤਾ ਤੇ ਉਹਨੂੰ ਪੁੱਛਿਆ ਵੀ RC ਬਾਰੇ, ਉਹ ਕਹਿੰਦਾ RC ਘਰ ਪਈ ਹੈ। ਉਹਨੂੰ ਟਾਈਮ ਦਿੱਤਾ ਵੀ ਚਲੋ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪਣੀ RC ਲੈ ਆ, ਤੇਰਾ ਮੋਟਰਸਾਈਕਲ ਭੇਜਦਾ। ਉਹਨਾਂ ਅੱਗੇ ਜਾ ਕੇ ਆਪਣੇ ਸਮਰਥਨ ਕੋਈ ਸਿੰਘ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਆਇਆ ਤੇ ਸਾਡੇ ਦੁਆਲੇ ਹੋ ਗਏ ਵੀ ਸਾਡਾ ਨੰਬਰ ਪਲੇਟ ਦਾ ਚਲਾਨ ਕਿਉਂ ਕੀਤਾ ਜੀ।